स्वागत है किसान वीरो तुहाडा सिदक डेयरी फार्मिंग दे विच। किसान वीरो अज जिहड़ी वीडियो बना रहे हैं पिंड पंज ग्राही खुरद, ये पिंड मोगे जिले का, तो इहनू तहसील बाघा पुराणा पैंदी है। सो दसो कोटकपुरे तो बाघे पुराणे वाली सड़क के उत्ते ये पिंड आउंदा है। जिहड़े घर चों वीडियो बना रहे दसो भाई व्यापार का काम करदा ते इहदे कोल रूटीन च पशु विक्री वाले आउंदे है। अज की वीडियो के तीन नाग दिखाऊंगा जिदे च लास्ट से थोनू एक प्रोपर रिकॉर्ड वाली वच्छी दिखाउणी है। ये तो बिना दसो ये भी वैड गब्बण है ते एक गां बिल्कुल ताजी सूई भी है। सो आपां तिन्नां बारे गलबात करांगे, वीडियो नूं एंड तक देखियो। जिहड़ा पशु थोनू चंगा लगा, जिहड़ा पशु जच गया दसो दी तसल्ली आके कर लो जी। नंबर स्क्रीन ते बाई दा चलदा रहना। आओ शुरुआत सूई सवाई वैड बारे इत्थों ही करदे हां, फिर दूजे पशु दिखावांगे। संदीप भाई सत श्रीकाल। भाई सत श्रीकाल जी। संदीप अज पहले नंबर ते जिहड़ी गां, हांजी दूजा सूआ सूई आ बई वैड, इहे अज तीजा कहिंदा ना बई नाड़ूआ नाल आ बच्चे दी। ठीक है, किन्ने दुध ते होऊ? दुध 14 किलो बोला, 13 ते 14 किलो होऊगा बई। की रेट रहने दा? रेट इहदा 62000 रुपए। बच्चा बच्चा? हांजी बच्चा बच्चा जी। खोली सो दसो बच्चा बच्चा, रेट 62000, 14 किलो अंदाजा भी इहदे थल्ले बोला होऊगा। सिर्फ 3 दिनां दी सूई, छोटी उम्र का बच्चा, तुसी देख सकते हो नाड़ूआ बच्चे का नाल है, मेल काफ बच्छे नूं इहने जन्म दिता। ओ टांचा तुसी देख सकते हो, दसो वैड दा। जर्सी गावां वाला कद काठ है ते हवाना सोहना दिखाउंदी है बई। लिया वापस वीडियो च इहदा, इहदियां तारां वी थणां दियां तुहानूं दिखाउणगे। सो इह पहले नंबर ते जर्सी हवाना बहुत सोहना दसो, ते बच्चा भी इहदा जिहड़ा उह बहुत सोहना, वच्छे नूं इहने जन्म दित्ता, नाड़ूआ वच्छे दा बिलकुल नाल है हजे। सो तारां दसो पहलां ही दिखा दिंदे आ तुहानूं वीडियो दे विच, जिद्दां दियां थणां चों आउणगियां। ਇੱਥੋਂ ਤੁਸੀਂ ਦੇਖ ਸਕਦੇ ਹੋ ਅਗਲੇ ਪਿਛਲੇ ਥਾਂ ਤੋਂ ਧਾਰ ਆ ਬਾਈ, ਦੂਜੇ ਬਦਲ ਨਹੀਂ ਥਾਂ। ਇੱਥੋਂ ਧਾਰ ਪੋਲੀ ਚਵਾਈ ਦੀ ਆ ਦੱਸੋ, ਥਣ ਹੱਥੀ ਚਵਾਈ ਵਾਸਤੇ ਠੀਕ ਰਹੂਗਾ, ਬਾਕੀ ਬਾਈ ਤੁਹਾਡੇ ਸਾਹਮਣੇ ਚੋਰ ਆ। ਠੀਕ ਹੈ, ਪਿਛਲੇ ਥਾਂ 'ਚ ਵੀ ਸੰਦੀਪ ਇਕੱਠੀਆਂ ਹੀ ਮਾਰਦੇ ਧਾਰਾਂ ਦੇ। ਠੀਕ ਹੈ ਬਾਈ, ਓਕੇ। ਸੋ ਬਾਕੀ ਫਾਈਨਲ ਤੁਸੀਂ ਆ ਕੇ ਕਰ ਲਿਓ ਜੇ, ਚੋ ਕੇ ਦੇਖ ਲੈਣਾ। ਇੱਕ ਇੱਧਰ ਵੈੜ ਖੜੀ ਇਹਦੇ ਨਾਲ ਗੱਭਣ ਆ, ਜਿਹਦੇ ਬਾਰੇ ਆਪਾਂ ਜਾਣਕਾਰੀ ਲਾਵਾਂਗੇ। ਸੰਦੀਪ ਇਹ 2 ਨੰਬਰ ਤੇ ਜਿਹੜੀ ਵੈੜ ਆ ਬਾਈ, ਕਿੰਨਵਾਂ ਸੂਆ ਇਹ? ਪਹਿਲਾ ਸੂਆ ਬਾਈ, ਮੂੰਹ 4 ਦਿਨ ਦਾ ਜੀ। ਕਿੰਨੇ ਕੁ ਦਿਨ ਲਊ ਸੂਣ ਚ? ਇਹਦੇ 30 ਤਰੀਕ ਨੂੰ ਦਿਨ ਪੂਰੇ ਆ ਜੀ। 30 ਤਰੀਕ ਨੂੰ? ਅੱਜ 19 ਤਰੀਕ ਹੈ। ਅੱਜ 19 ਤਰੀਕ ਆ ਜੀ, 11 ਦਿਨ ਰਹਿ ਗਏ, ਕੋਈ 5-4 ਦਿਨ ਹਾਂਜੀ ਅੱਗਾ ਪਿੱਛਾ। 14-15 ਦਿਨ ਮੰਨ ਕੇ ਚੱਲ ਗਏ ਲੈ ਜੀ। ਹਾਂਜੀ ਹਾਂਜੀ। ਕੀ ਰੇਟ ਰਹਿਣਾ ਇਹਦਾ ਬਾਈ? ਇਹਦਾ ਰੇਟ ਜੀ 47000 ਰੁਪਇਆ ਜੀ। ਤੋਰੀ ਰੇਟ 47000 ਹੈ ਤੇ ਹਜੇ 30 ਤਰੀਕ ਨੂੰ ਦਿਨ ਪੂਰੇ ਹੁੰਦੇ, 4 ਦਿਨ ਦਾ ਵੈੜ ਹੈ, ਪਹਿਲਾ ਸੂਆ ਸੂਗੀ। ਬਰੀਡ ਜਰਸੀ ਹਵਾਨਾ ਬਣਾਉਂਦੀ ਆਉਂਦੀ ਹੈ, ਰੁੱਖ ਹਵਾਨੇ ਦਾ ਤੁਸੀਂ ਵੀਡੀਓ 'ਚ ਦਿਸਦਾ ਦੱਸੋ। ਲੈ ਚਲੋ ਬਾਈ। ਸੋ ਇਹ ਵੀ ਰੰਗ ਰੂਪੇ ਦਾ ਸੋਹਣਾ ਦੱਸੋ, 47000 ਇਹਦਾ ਰੇਟ ਹੈ। ਬਾਕੀ ਥੋੜ੍ਹਾ ਬਹੁਤ ਮਾਨ ਤਾਨ ਵੀਰ ਕਰੂਗਾ। ਇੱਕ ਦੱਸੋ ਬਹੁਤ ਸੋਹਣੀ ਵੈੜ ਜਿਹੜੀ ਇੱਥੇ ਵਿਕਰੀ ਵਾਸਤੇ ਹੈ। ਸੰਦੀਪ ਭਾਈ ਇਹਦੀ ਕੀ ਡਿਟੇਲ ਹੈ? ਬਈ 19 ਕੁ ਮਹੀਨੇ ਉਮਰ ਆ ਜੀ, ਮੂੰਹੋਂ ਖੀਰੀ ਆ ਜੀ। ਠੀਕ ਹੈ, ਹਾਂਜੀ ਹਾਂਜੀ। ਗੱਬਣ ਕਿੰਨੇ ਚਿਰ ਦੀ ਆ? ਗੱਬਣ ਹੈਗੀ 6 ਮਹੀਨਿਆਂ ਦੀ ਚੈੱਕ ਪਾਸ ਆ ਬਈ। ਠੀਕ ਹੈ, 50062 ਸੀਮਨ ਤੋਂ ਬਈ, ਸਟਰਾ ਵੀ ਉਹਨਾਂ ਨੇ ਨਾਲ ਦਿੱਤਾ ਜੀ। ਠੀਕ ਹੈ, ਹਾਂਜੀ। ਤੇ ਆਪ ਵੀ ਬਈ ਯਾਰ, ਨਹੀਂ ਨਾ ਨਹੀਂ ਚੇਤੇ ਮੈਨੂੰ, ਮੈਨੂੰ ਲੱਗਦਾ ਟੌਮ ਕੈਟ ਤਾਂ? ਹਾਂ ਟੌਮ ਕੈਟ ਦੇ ਸੀਮਨ ਤੋਂ ਦੀ ਆਪ ਆ ਇਹ। ਠੀਕ ਹੈ, ਹਾਂਜੀ। ਕੀ ਰੇਟ ਰਹੂਗਾ ਇਹਦਾ? ਰੇਟ ਇਹਦਾ ਫੋਨ ਤੇ ਕਰ ਦਿੰਦਾ। ਖੋਲੀ ਨੂੰ। ਸੋ ਦੋਸਤੋ 19 ਮਹੀਨੇ ਉਮਰ ਆ, ਦੰਦੋਂ ਖੀਰੀ ਆ। ਜਿਹੜਾ ਸੀਮਨ ਬਾਈ ਨੇ ਮੈਨੂੰ ਆਉਂਦੇ ਨੂੰ ਦੱਸਿਆ ਉਹ ਟੌਮ ਕੈਟ ਸੀ, ਤੇ ਗੱਬਣ 50062 ਸੀਮਨ ਤੋਂ ਆ ਵੀਰ ਕਹਿੰਦਾ, ਤੇ ਸਟਰਾ ਨਾਲ ਹੈਗਾ। 6 ਮਹੀਨਿਆਂ ਦੀ ਗੱਬਣ ਹੈ, ਮਹੀਨੇ 3 ਰਹਿੰਦੇ ਆ ਦੱਸੋ ਸੂਣ 'ਚ, ਰੁੱਤ 'ਚ ਸੂਗੀ। ਬਰੀਡ ਵਾਈਜ ਟੌਪ ਦੀ ਸੋਹਣੇ ਢਾਂਚੇ ਦੀ ਵੈੜ ਹੈ। ਇਹਦੇ ਕੰਨ 'ਚ ਜਿਹੜਾ ਇੱਕ ਟੋਕਨ ਪਾਇਆ ਹੋਇਆ, ਜਿਹੜਾ ਆਮ ਤੌਰ 'ਤੇ ਬੀਮੇ ਵਾਲੇ ਜਾਂ ਲੋਨ ਵਾਲੇ ਪਾਉਂਦੇ ਆ, ਉੱਦਾਂ ਦਾ ਉੱਥੋਂ ਇਹ ਅੰਦਾਜ਼ਾ ਹੁੰਦਾ ਵੀ ਇਹ ਮੇਰੇ ਖਿਆਲ 'ਚ ਪੰਜਾਬ ਦੇ ਵਿੱਚ ਹੀ ਇਹ ਟੈਗ ਜਿਹੜੇ ਉਹ ਚੱਲਦੇ ਆ। ਬਾਕੀ ਤੁਸੀਂ ਇਹਦੇ ਸੰਬੰਧੀ ਸਰਚ ਵੀ ਕਰ ਲਿਓ ਜੀ। ਲੈ ਚੱਲ ਬਾਈ ਬੰਨ ਦੇ ਉੱਥੇ। ਸੋ ਦੰਦੋਂ ਖੀਰੀ ਹੈ ਦੱਸੋ, 19 ਕੁ ਮਹੀਨੇ ਇਹਦੀ ਉਮਰ ਵੈੜ ਦੀ ਹੈਗੀ ਹੈ। ਰਿਕਾਰਡ ਜਿਹੜੇ ਹਿਸਾਬ 'ਤੇ ਬਾਈ ਦੱਸਦਾ ਇਹਦਾ ਪ੍ਰੋਪਰ ਹੈ। ਬਾਕੀ ਤੁਸੀਂ ਆਪ ਦੇਖ ਲਓ ਜੇ ਤੁਹਾਨੂੰ ਕਿੱਦਾਂ ਲੱਗਦੀ ਹੈ। ਤੁਹਾਨੂੰ ਇਹਦਾ ਮੈਂ ਹਵਾਨਾ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿੰਨਾ ਕਿ ਬਣਾ ਰਹੀ ਹੈ। ਬਹੁਤ ਸੋਹਣਾ ਰੁੱਖ ਦੱਸੋ ਇਹਨੇ ਬਣਾਉਣਾ ਸ਼ੁਰੂ ਕੀਤਾ। ਸੋ
ਨਹੀਂ ਵੱਛੀ ਦਾ ਤੁਸੀਂ ਜੋ ਸਾਈਡ ਨੂੰ ਜਾਂਦੇ ਉਦੋਂ ਦੇਖਿਓ ਸੋ ਦੋਸਤੋ ਇਹ ਵੈਸੇ ਖੁੱਲ੍ਹੀ ਰਹਿੰਦੀ ਸੀ ਬਾਈ ਕਹਿੰਦਾ ਅਤੇ ਹੁਣ ਇਹਦੇ ਧਲਿਆਰਾ ਪਾਇਆ ਗਲ 'ਚ ਛੱਡਦੇ ਬਾਈ ਸੋ ਇਹ ਤੁਸੀਂ ਵੈੜ ਦੇਖ ਸਕਦੇ ਹੋ ਜਿਹਨੂੰ ਪਸੰਦ ਆਵੇ ਤਾਂ ਪਿਓਰ ਜਰਸੀ ਬਰੀਡ ਫੋਰ ਸੇਲ ਆ 6 ਮਹੀਨਿਆਂ ਦੀ ਗੱਭਣ ਇਸ ਟਾਈਮ 3 ਮਹੀਨੇ ਇਹਦੇ ਬਾਕੀ ਹੈ ਚੰਗਾ ਰਿਕਾਰਡ ਇਹਦਾ ਵੀਰ ਦੱਸਦਾ ਤੁਸੀਂ ਇਹਦੇ ਥਾਨ ਉੱਤੇ ਹਵਾਨਾ ਦੇਖ ਸਕਦੇ ਹੋ ਜਿਹੜਾ ਇਹਨੇ ਬਣਾਉਣਾ ਸ਼ੁਰੂ ਕੀਤਾ ਹਜੇ ਸਿਰਫ 6 ਮਹੀਨਿਆਂ ਦੀ ਗੱਭਣ ਹੈ 3 ਮਹੀਨੇ ਦੇ ਦੱਸੋ ਰਹਿੰਦੇ ਸੂਨ ਦੇ ਵਿੱਚ ਸੋ ਅੱਜ ਜਿਹੜੀ ਵੀਡੀਓ ਸੀ ਉਹਦੇ 'ਚ ਇਹ 3 ਨਾਗ ਵਿਕਰੀ ਵਾਲੇ ਸੀ ਤੁਸੀਂ ਆ ਕੇ ਦੇਖਿਓ ਤਸੱਲੀ ਕਰਕੇ ਖਰੀਦਿਓ ਜਿਹੜਾ ਨੰਬਰ ਪਸ਼ੂ ਜੱਜ ਜਾਂਦਾ ਅਤੇ ਨੰਬਰ ਵੀਰ ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ।